Ooh.
क्या विरुद्ध है। गुरुमुख शब्द नाम रहे लिवला
ਮਨਮੁਖ ਕ੍ਰਿਸ਼ਨਾ ਭੁੱਖ ਨਾ ਜਾ ਕਿਆ ਗੱਭਰੂ ਕਿਆ ਬਿਰਦ ਹੈ ਏ ਤ੍ਰਿਸ਼ਨਾ ਵੱਡਾ ਰੋਗ ਲੱਗਾ ਕਿਆ ਗੱਭਰੂ ਕਿਆ ਬਿਰਦ ਹੈ ਏ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੱਡਾ ਰੋਗ ਲੱਗਾ ਹਾਏ ਹਾਏ ਕਰੇ ਦਿਨ ਰਾਤ ਵੱਡਾ ਰੋਗ ਲੱਗਾ ਹਾਏ ਹਾਏ ਕਰੇ ਦਿਨ ਰਾਤ ਸੁਖ ਤੇ ਬਹੁਤ ਦੁੱਖ ਪਾਵਤ ਵੱਡਾ ਰੋਗ ਲੱਗਾ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਸਵਾਨ ਜਿਉ ਡੋਲਤ ਏ ਤ੍ਰਿਸ਼ਨਾ ਵੱਡਾ ਰੋਗ ਲੱਗਾ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਵੱਡਾ ਰੋਗ ਲੱਗਾ ਸੁਖ ਕੋ ਮੰਗੇ ਸਭ ਕਾ ਦੁਨੀਆ ਦਾ ਹਰ ਮਨੁੱਖ ਸੁਖ ਚਾਹੁੰਦਾ ਹੈ ਦੁੱਖ ਕੋਈ ਨਹੀਂ ਚਾਹੁੰਦਾ ਕਿਸੇ ਕੋਲੋਂ ਪੁੱਛੋ ਤੂੰ ਦੁੱਖ ਚਾਹਨਾ ਨਹੀਂ ਚਾਹੁੰਦਾ ਪਰ ਕਿਸੇ ਕੋਲੋਂ ਇਹ ਵੀ ਪੁੱਛੋ ਤੂੰ ਬਹੁਤ ਸੁਖੀ ਹੈ ਉਹ ਆਖੇਗਾ ਮੇਰੇ ਵਰਗਾ ਦੁਖੀ ਕੋਈ ਨਹੀਂ ਕਿੰਨੀ ਅਜੀਬ ਗੱਲ ਹੈ ਦੁੱਖ ਕੋਈ ਨਹੀਂ ਚਾਹੁੰਦਾ ਪਰ ਸੰਸਾਰ ਸਤਿਗੁਰ ਨੇ ਬਾਣੀ ਵਿੱਚ ਆਖੇ ਕਹਿੰਦੇ ਨੇ ਦੁੱਖ ਕੀਆਂ ਪੰਡਾਂ ਖੁੱਲੀਆਂ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾਨਕ ਸੋ ਕੋਏ ਸੁਖ ਨਾਨਕ ਸੇ ਕੋਏ ਸੁਖ ਮੰਗਤ
सुख मांगते संसार ना हर मनुख सुख मंग रहे है सुख को मंगे सब को दुख ना मांगे कोई पर गुरु कंद ने सुख है को दुख अगला जीवन तो एक जुआ है जीवन एक जुआ है सुख दी चाहत नाल मनुख सुख भेट कर रहा है ते दुख ले रहा है उल्ट हो रहा है गुरु ने बाणी विच आख्या हर गल दा जवाब बाणी विच है गुरु कहिंदे ने ऐसा जग देखिया जुआरी जुआ खेडन वाला हर मनुख जे किसान जमीन धरती विच अपना कीमती बीज पाउंदा है ते जुआ खेडदा है जिहड़ी चीज अपने हाथ नहीं अजे आउण वाली है जिन्हों देखिया नहीं जिंदी प्राप्ति दी केवल आस मोच मनुख कोल है ओ जुआ है और जुआ ही है जुआरी जदों जुआ खेडदा है ओ हर दा इस ख्याल नाल लाउंदा कुछ आवेगा आउंदा नहीं आउंदा बहुते लोग तो लोग आखदे ने जुए विच हार के सब कुछ असी पुरातन हिस्ट्री भी देखने आ ते राज भाग जुए विच हार गए जिन्हां नूं पांडव आखदे ने राज भाग ही ना हारे अपनी पत्नी भी हार गए इज्जत मान सम्मान सब कुछ हार गए जुआ है पर गुरु कहते ने मैं तो संसार नूं देखना दुनिया का हर मनुख जुआ खेड रहा है किसान जुआ खेड रहा है अपना कीमती दाना बीज दे रूप विच धरती दे हवाले कर रहा है ते मन अंदर एक आस रखता है ये उगेगा बहुते दाने बोल बन के घर आउणगे आउणगे ओ गल वक्री है पर है तो जुआ भावें कोई बिजनेसमैन व्यापारी दुकानदार इन्वेस्टमेंट कुछ करता है तो ओ इन्वेस्टमेंट की है जुआ इवन सतगुरु ने आख्या जीवन का हर पहलू तुसी देख लो एक जुए दे जाल विच है बल्कि गुरु ने बाणी अंदर बड़िया बड़िया एग्जाम्पल दित्तियां ने कहिंदे ने सब तो वड्डा जुआ खेडदी है मां बड़ा लंबा जुआ खेडदी अज बच्चे नूं 9 महीने गर्भ विच पालांगी फिर 20 साल उन्हों
ਪਾਲਾਂਗੀ ਸੰਭਾਲਾਂਗੀ, ਫਿਰ ਉਹ ਵੱਡਾ ਜਵਾਨ ਹੋ ਜਾਏਗਾ, ਮੈਂ ਬਿਰਧ ਹੋ ਜਾਵਾਂਗੀ, ਉਹ ਮੈਨੂੰ ਕਮਾ ਕੇ ਖਵਾਏਗਾ, ਮੈਨੂੰ ਸੰਭਾਲੇਗਾ। ਕਿੱਡਾ ਵੱਡਾ ਜੂ ਹੈ, ਗੁਰੂ ਨੇ ਬਾਲੀ ਪਚਾਤੇ। ਜਿਉਂ ਜਨਨੀ, ਜਿਉਂ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਜਿਉਂ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਤਨ ਖਾਟ ਦੇ ਆਸਾ, ਐਸਾ ਜਗ ਦੇਖਿਆ ਜੁਆਰੀ, ਆਪਣੀ ਜਾਨ ਇਨਵੈਸਟ ਕਰ ਦਿੰਦੀ ਹੈ ਸੁਖ ਕੇ ਹੇਤ। ਸੁਖ 30 ਸਾਲ ਬਾਅਦ, 21 ਸਾਲ, 25 ਸਾਲ ਬਾਅਦ ਆਸ ਰੱਖਦੀ ਹੈ, ਪਰ ਦੁੱਖ ਅੱਜ ਸਹੇੜ ਰਹੀ ਹੈ। ਆਪਣੀ ਜਾਨ ਵੀ ਜੋਖਮ ਵਿੱਚ ਪਾਈ, ਆਪਣਾ ਖਾਣ ਪਹਿਨਣ ਸਭ ਕੁਝ ਸਮਰਪਿਤ ਕਰ ਦਿੱਤਾ, ਅੱਜ ਤੋਂ 20 ਸਾਲ ਬਾਅਦ ਦੀ ਉਸ ਆਸ ਨੇ ਕਿ ਮੇਰੇ ਘਰ ਪੁੱਤਰ ਹੋਵੇਗਾ, ਉਹ ਜਵਾਨ ਹੋ ਜਾਏਗਾ, ਫਿਰ ਮੇਰੇ ਬੁਢੇਪਾ ਆ ਜਾਏਗਾ, ਉਹ ਮੈਨੂੰ ਸੰਭਾਲੇਗਾ। ਗੁਰੂ ਬਾਣੀ ਵਿੱਚ ਕਹਿੰਦੇ, ਜਿਉਂ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ, ਸੁਤ ਕੀ ਕਰ ਆਸਾ। ਹਾਲਾਂਕਿ ਜੂਆ ਹੈ, ਕੋਈ ਜ਼ਰੂਰੀ ਨਹੀਂ ਪੁੱਤਰ ਜਨਮ ਵੀ ਲਵੇ, ਵੱਡਾ ਵੀ ਹੋਵੇ, 21-20 ਸਾਲ ਸੰਭਾਲੇ ਵੀ, ਉਹ ਜਵਾਨ ਵੀ ਹੋ ਜਾਏ, ਬਿਰਧ ਵੀ ਹੋ ਜਾਏ, ਕੋਈ ਜ਼ਰੂਰੀ ਤਾਂ ਨਹੀਂ ਉਹ ਲਾਇਕ ਜਨਮ ਲਵੇ ਅਤੇ ਮੁੜ ਕੇ ਤੈਨੂੰ ਸੰਭਾਲੇ ਨਾ ਸੰਭਾਲੇ। ਐਸੀਆਂ ਵੀ ਤਾਂ ਮਾਵਾਂ ਨੇ ਅੱਜ ਦੇਖਣ ਵਿੱਚ ਆਈਆਂ ਨੇ ਜਿਹੜੀਆਂ ਰੋਂਦੀਆਂ ਨੇ ਅਤੇ ਕਹਿੰਦੀਆਂ ਨੇ ਤੂੰ ਨਿੱਜ ਹੀ ਜੰਮ ਦਿਓ, ਸੰਭਾਲਦੇ ਕੋਈ ਨਹੀਂ। ਪਰ ਹੈ ਤਾਂ ਜੂਆ ਨਾ, ਜਦੋਂ ਉਸਨੇ ਜਨਮ ਦਿੱਤਾ, ਇੰਨੇ ਦੁੱਖ ਸਹਾਰੇ ਨੇ, ਤਾਂ ਉਦੋਂ ਤਾਂ ਮਨ ਵਿੱਚ ਕਿਸੇ ਆਉਣ ਵਾਲੇ ਸੁੱਖ ਦਾ ਹੀ ਹਿਸਾਬ ਲਾਇਆ ਨਾ। ਪਰ ਦੁੱਖ ਨੂੰ ਪਛਾਣ ਨਹੀਂ ਸਕੀ, ਸੁੱਖ ਹੁੰਦੇ ਹੱਥ ਵਿੱਚ ਨਹੀਂ। ਗੁਰੂ ਕਹਿੰਦੇ ਨੇ ਮੈਨੂੰ ਸਾਰਾ ਸੰਸਾਰ ਹੀ ਇਉਂ ਦਿਸਦਾ, ਐਸਾ ਜਗ ਦੇਖਿਆ ਜੁਹਾਰੀ, ਸਭ ਸੁਖ ਮੰਗੈ ਸਭ ਸੁਖ ਮੰਗੈ ਨਾਮ ਵਿਸਾਰੀ ਜੁਹਾਰੀ, ਅੰਦਰ ਧੋਖਾ ਅੰਦਰ ਧੋਖਾ ਨੀਂਦ ਨਾ ਸੋਵੇ,
ਹੁਕਮ ਨਾ ਸਮਝੇ ਬਹੁਤਾ, ਹੁਕਮ ਨਾ ਬੂਝੇ ਬਹੁਤਾ, ਰੋਵੇ ਅੰਦਰ ਧੋਖਾ, ਨੀਂਦ ਨਾ ਸੋਵੇ, ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੇ ਸੁਖ ਮੰਗੇ ਸਭ ਕੋ, ਦੁੱਖ ਨ ਮੰਗੇ ਕੋਈ, ਸੁਖ ਹੈ ਕੋ ਦੁੱਖ ਅਗਲਾ ਉਹ ਭਲਿਆ। ਜਿੰਨੇ ਸੰਸਾਰ ਦੇ ਲੋਕ ਨੇ, ਜੇ ਇਹ ਤੈਨੂੰ ਆਖਣ ਲਈ ਤਿਆਰ ਨਹੀਂ ਕਿ ਮੈਂ ਬੜਾ ਸੁਖੀ ਹਾਂ, ਜੇ ਹਰ ਇੱਕ ਦੁਖੀ ਹੈ ਤੇ ਚਾਹੁੰਦਾ ਹਰ ਇੱਕ ਸੁੱਖ ਹੈ, ਤੇ ਤੈਨੂੰ ਸੋਚਣਾ ਪਏਗਾ, ਇਸ ਗੱਲ ਦੀ ਤਲਾਸ਼ ਕਰ ਵੀ ਇਹ ਜਦ ਸਾਰੇ ਸੁੱਖ ਚਾਹੁੰਦੇ ਨੇ ਤੇ ਫਿਰ ਦੁਖੀ ਕਿਉਂ ਨੇ। ਲਓ ਦੇਖਣਾ ਦੁਖੀ ਕਿਉਂ ਹੈ। ਬਸ ਇਸ ਗੱਲ ਦੀ ਢੂੰਡ ਕਰਨੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਰਾਤ ਦੇ ਸ਼ਬਦ ਤੋਂ ਮੈਂ ਅੱਗੇ ਚੱਲਣਾ ਚਾਹੁੰਦਾ ਸਾਂ। ਸਤਿਗੁਰੂ ਨਾਥ ਹਰ ਕੋ ਨਾਮ ਸਦਾ ਸੁਖਦਾਈ, ਤੇ ਕਹਿਣ ਲੱਗੇ ਉਸ ਲਈ ਭਰੋਸੇ ਦੀ ਲੋੜ ਹੈ। ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨਸਰ ਲੈ, ਭਰੋਸੇ ਦੀ ਲੋੜ ਹੈ। ਦੁਨੀਆਂ ਅੰਦਰ ਜਿੰਨਾ ਵੀ ਜੂਆ ਹੈ ਉਸ ਵਿੱਚ ਭਰੋਸੇ ਦੀ ਜ਼ਰੂਰਤ ਹੈ। ਅਤੇ ਕਿਹੜੀ ਅਜੀਬ ਗੱਲ ਹੈ, ਤੂੰ ਸੰਸਾਰ ਜੂਆ ਖੇਡ ਰਿਹਾ ਹੈ ਭਰੋਸੇ ਨਾਲ, ਕਿਉਂਕਿ ਜੂਆ ਹੈ ਹੀ ਭਰੋਸੇ ਦੇ ਸਿਰ 'ਤੇ ਖੜ੍ਹਾ। ਜੇ ਕਿਸਾਨ ਬੀਜ ਪਾ ਰਿਹਾ ਤੇ ਭਰੋਸਾ ਰੱਖਦਾ ਹੈ ਨਾ ਵਾਪਸ ਆਏਗਾ, ਪਰਤਾਏਗੀ ਜ਼ਮੀਨ। ਜੇ ਕੋਈ ਆਪਣੀ ਬਿਜ਼ਨਸ ਵਿੱਚ ਇਨਵੈਸਟਮੈਂਟ ਕਰ ਰਿਹਾ ਤੇ ਕਿਸੇ ਭਰੋਸੇ ਨਾਲ ਹੀ ਕਰ ਰਿਹਾ ਨਾ, ਮੈਂ ਬਹੁਤਾ ਕਮਾਵਾਂਗਾ। ਜੇ ਕੋਈ ਸਾਰਾ ਦਿਨ ਮਜ਼ਦੂਰੀ ਕਰ ਰਿਹਾ ਤੇ ਕਿਸੇ ਭਰੋਸੇ ਨਾਲ ਹੀ ਕਰ ਰਿਹਾ ਨਾ, ਜਿੰਦੀ ਮਜ਼ਦੂਰੀ ਕਰ ਰਿਹਾ ਸ਼ਾਮ ਨੂੰ ਕੁਝ ਮੈਨੂੰ ਦੇਵੇਗਾ। ਹਰ ਚੀਜ਼ ਭਰੋਸੇ 'ਤੇ ਖੜ੍ਹੀ ਹੈ। ਅਤੇ ਕਹਿੰਦੇ ਨੇ ਜੇ ਇੰਨੀ ਚੀਜ਼ ਭਰੋਸੇ 'ਤੇ ਹੈ ਤਾਂ ਇੱਕੋ ਹੀ ਭਰੋਸਾ ਕਰ ਲੈ। ਹਰ ਚੀਜ਼ ਤੈਨੂੰ ਇਹ ਤਾਂ ਪਤਾ ਲੱਗ ਗਿਆ ਵੀ ਭਰੋਸੇ ਬਿਨਾਂ ਨਾ ਕਿਰਸਾਨੀ ਹੈ, ਭਰੋਸੇ ਬਿਨਾਂ ਨਾ ਤਜਾਰਤ ਹੈ, ਭਰੋਸੇ ਬਿਨਾਂ ਨਾ ਹੀ ਨੌਕਰੀ ਗੁਲਾਮੀ ਹੈ, ਸਭ ਕੁਝ ਭਰੋਸੇ 'ਤੇ ਖੜ੍ਹਾ ਹੈ। ਕਹੋ ਨਾਨਕ ਮੈਂ ਇਹੀ ਭਰੋਸੇ। ਅਤੇ ਜੇ ਸਭ ਕੁਝ ਭਰੋਸੇ 'ਤੇ ਖੜ੍ਹਾ ਤਾਂ ਇੱਕ ਗੱਲ 'ਤੇ ਭਰੋਸਾ ਕਰ ਲੈ, ਉਹ ਇਹ ਕਿ ਜਿਸ ਮਾਲਕ ਨੇ ਮੈਨੂੰ ਪੈਦਾ ਕੀਤਾ ਉਹਨੇ ਮੈਨੂੰ ਦੇਣਾ ਹੈ, ਬਸ ਆਹ ਵੀ ਭਰੋਸਾ ਹੈ। ਕਿਉਂਕਿ ਇੱਥੇ ਤੈਨੂੰ ਭਰੋਸਾ ਨਹੀਂ ਆ ਰਿਹਾ, ਤੂੰ ਹੋਰ ਹੋਰ ਭਰੋਸਿਆਂ ਦੇ ਸਹਾਰੇ ਕੁਛ ਕਰ ਰਿਹਾ, ਪਰ ਇੱਥੇ ਭਰੋਸਾ ਨਹੀਂ ਕਰ ਰਿਹਾ। ਮੈਂ ਹੈਰਾਨ ਹੁੰਦਾ।
ਗੁਰੂ ਨੇ ਬਾਣੀ ਵਿੱਚ ਇੱਥੇ ਤੱਕ ਕਹਿਣ ਲੱਗੇ, ਜਿੱਥੇ ਭਰੋਸੇ ਦਾ ਮਤਲਬ ਹੈ, ਰੱਜ ਦਾ ਮਸਲਾ ਹੈ, ਉੱਥੇ ਤੈਨੂੰ ਆਪਣੇ ਜੀਵਨ ਦੇ ਅੰਦਰ ਵੀ ਰੱਜ ਕੋਈ ਨਹੀਂ। ਇੱਥੋਂ ਇੱਕ ਦ੍ਰਿਸ਼ਟਾਂਤ ਹੈ ਵੀ ਜੀਵਨ ਤੇਰੇ ਹੱਥ ਵਿੱਚ ਤਾਂ ਨਹੀਂ, ਨਾ ਤੂੰ ਆਪਣੀ ਮਰਜ਼ੀ ਨਾਲ ਲਿਆ, ਨਾ ਤੇਰੇ ਮਾਤਾ ਪਿਤਾ ਨੇ ਆਪਣੀ ਮਰਜ਼ੀ ਨਾਲ ਲਿਆ। ਜਿਹੜੀ ਚੀਜ਼ ਤੇਰੇ ਵੱਸ ਨਹੀਂ ਉਹ ਵੀ ਤੂੰ ਆਪਣੀ ਮਰਜ਼ੀ 'ਤੇ ਰੱਖਣਾ ਚਾਹੁੰਦਾ ਵੀ ਕਿਸੇ ਤਰ੍ਹਾਂ ਮੇਰੇ ਇੱਥੋਂ ਜਾਏ ਨਾ। ਸਤਿਗੁਰੂ ਬਾਣੀ ਵਿੱਚ ਕਹਿੰਦੇ ਜੀ, ਰੱਜ ਨਾ ਕੋਈ ਜੀਵਿਆ, ਰੱਜ ਨਾ ਕੋਈ ਜੀਵਿਆ। ਭਾਈ ਗੁਰਦਾਸ ਜੀ ਨੇ ਵੀ ਆਖਿਆ, ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਜ ਨੇ ਐਨਕ ਬਣਾਈ ਹੈ ਨਾ, ਉਹਨੇ ਤੇਰੀ ਭੁੱਖ ਵੇਖ ਕੇ ਬਣਾਈ ਹੈ ਵੀ ਹੋਰ ਕੁਝ ਦੇਖਣਾ ਚਾਹੇਗਾ, ਹੋਰ ਕੁਝ ਦੇਖਣਾ ਪਾ ਚਾਹੇਗਾ, ਮੇਰੀ ਐਨਕ ਵਿਕੇਗੀ। ਐਨਕ ਜਿੰਨੇ ਬਣਾਈ ਹੈ ਸ਼ੀਸ਼ੇ ਦੀ, ਉਹਨੇ ਮਨੁੱਖ ਦੇ ਅੰਦਰ ਦੀ ਭੁੱਖ ਭੜੀ ਹੈ। ਸਾਨੂੰ ਨੇ ਬਾਣੀ ਵਿੱਚ ਆਖਿਆ, ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਸਕਿਆ ਕੋਈ। ਗਿਆਨੀ ਜੀਵੇ ਸਦਾ ਸਦਾ, ਸੁਰਤੀ ਹੂੰ ਪਤ ਹੋਏ। ਅਗਲੀ ਇੱਕ ਲਾਈਨ ਹੈ ਬੜੀ ਸਮਝਣ ਵਾਲੀ, ਸਰਫ ਹੈ ਸਰਫ ਹੈ ਸਦਾ ਸਦਾ। ਸਾਰੀ ਜ਼ਿੰਦਗੀ ਜੇ ਸਰਫ ਹੈ ਕਰਦਾ ਨਾ, ਪਰ ਹੁੰਦਾ ਕਿਰਸ ਕਰਨੀ, ਥੋੜ੍ਹਾ ਬਚਾਉਣਾ। ਮੈਂ ਸਰਫ ਨਾਲ ਵਰਤਾਂ, ਇਹ ਬੜੀ ਆਪਣੀ ਆਮ ਵਰਤਣ ਦੀ ਗੱਲ ਹੈ। ਸਰਫ ਹੈ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਸੰਕੋਚ ਕੇ ਵਰਤਣਾ, ਸਰਫਾ ਕਰਨਾ। ਮਨੁੱਖ ਜੀਵਨ ਅੰਦਰ ਸਰਫਾ ਕਰਦਾ ਆ। ਬੈਂਕ ਰਾਤ ਵੀ ਲਫ਼ਜ਼ ਆਇਆ ਸਨ, ਬੈਂਕ ਕਿਉਂ, ਬੈਂਕ ਕਿਉਂ ਬਣੇ ਨੇ, ਕਿਉਂਕਿ ਤੂੰ ਕੁਝ ਬਚਾਉਣਾ। ਉੱਥੇ ਪਹਿਲਾਂ ਲਫ਼ਜ਼ ਆਉਂਦਾ ਤੇਰੀ ਸੇਵੰਗ ਕੀ ਹੈ, ਸੇਵੰਗ ਕੀ ਹੈ, ਕੁਝ ਬਚਾਉਣਾ। ਅਤੇ ਸਾਰੀ ਜ਼ਿੰਦਗੀ ਮਨੁੱਖ ਜੇ ਬੈਂਕ ਬਣਾਏ ਨੇ, ਜੇ ਉਹਦੇ ਵਿੱਚ ਜਮ੍ਹਾਂ ਕਰਦਾ ਹੈ, ਜੇ ਬਚਾਉਂਦਾ ਹੈ, ਤਾਂ ਕਿਹਦੇ ਲਈ, ਕੱਲ੍ਹ ਲਈ ਕਿ ਅੱਜ ਬਚਾ ਲਵਾਂ ਕੱਲ੍ਹ ਕੰਮ ਆਏਗਾ। ਜਿਸ ਕੋਲ ਸੇਵਿੰਗ ਨਹੀਂ, ਜਿਹਨੇ ਕੁਝ ਨਹੀਂ ਬਚਾਇਆ, ਉਹ ਕੱਲ੍ਹ ਕੀ ਕਰੇਗਾ। ਇੱਥੇ ਸਰਫੇ ਦਾ ਮਤਲਬ ਕੱਲ੍ਹ 'ਤੇ ਹੈ। ਪਰ ਗੁਰੂ ਨੇ ਇੱਕ ਖਿਆਲ ਦਿੱਤਾ, ਕਹਿਣ ਲੱਗੇ ਇਹ ਤੇਰੀ ਭੁੱਖ ਦੀ ਨਿਸ਼ਾਨੀ ਹੈ, ਤੂੰ ਕੱਲ੍ਹ ਅਜੇ ਮਾਣਨਾ ਚਾਹੁੰਦਾ, ਤੈਨੂੰ ਪਤਾ ਨਹੀਂ ਕੱਲ੍ਹ ਆਉਣਾ ਕਿ ਨਹੀਂ ਆਉਣਾ। ਜੀ ਗੁਰਬਾਣੀ ਤੋਂ ਮੈਂ ਹੈਰਾਨ ਹੁੰਦਾ ਜਦੋਂ ਸਾਹਮਣੇ ਸਾਹਮਣੇ ਚੀਜ਼ਾਂ ਹੋਣੀਆਂ ਨੇ। ਕਹਿੰਦੇ ਤੂੰ ਸਰਫਾ ਸਰਫਾ ਕਰੇਗਾ, ਸਰਫੇ ਸਰਫੇ ਸਦਾ ਸਦਾ, ਐਵੇਂ ਗਈ ਵਿਆਹੇ ਗੁਰਬਾਣੀ ਹੈ। ਤੂੰ ਸਦਾ ਸਦਾ ਹਮੇਸ਼ਾ ਸਰਫੇ ਕਰਦਾ ਰਿਹਾ ਕਿ ਮੈਂ ਕੱਲ੍ਹ ਨੂੰ ਜਿਉਣਾ,
ਉਹ ਕੱਲ ਨੂੰ ਜਿਉਣਾ ਜਿਹੜਾ ਹੈ ਨਾ ਉਹ ਤੇਰੀ ਭੁੱਖ ਹੈ। ਰੱਜ ਨਾ ਕੋਈ ਜੀਵਿਆ, ਭੁੱਖ ਦਾ ਉਲਟ ਲਫਜ਼ ਕੀ ਹੈ? ਰੱਜ, ਸੰਤੋਖ। ਜੇ ਤੂੰ 100 ਸਾਲ ਦਾ ਹੋ ਜਾਏ ਫਿਰ ਰੱਜ ਜਾਂਦਾ ਜੀਵਨ ਤੋਂ। ਸਤਿਗੁਰ ਬਾਣੀ ਵਿੱਚ ਹਰ ਗੱਲ ਕੀ ਕਹਿੰਦਾ ਕਿ ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਸਕਿਆ ਕਵੇ। ਮਨੁੱਖ ਜੀਵਨ ਤੋਂ ਨਹੀਂ ਰੱਜਦਾ, ਇਸੇ ਦੀ ਨਿਸ਼ਾਨੀ ਇੱਕ ਸੇਵਿੰਗ ਚਾਹੁੰਦਾ। ਸਰਫਾ ਸਰਫਾ ਸਦਾ ਸਦਾ ਇਵੇਂ ਗਈ ਵੀ ਹਰ ਅਤੇ ਸਾਰੀ ਜੀਵਨ ਸਰਫ ਹੀ ਕਰਦਾ ਰਹਿੰਦਾ। ਕੱਲ੍ਹ ਨੂੰ ਮਤ ਕੀ ਕਿੱਥੋਂ ਖਰਚ ਕਰਾਂਗਾ? ਅੱਜ ਇੰਨਾ ਖਿਲਾਰਾ ਨਾ ਦੋ ਗੱਲਾਂ 'ਤੇ ਖੜਾ, ਕਹਿੰਦੇ ਨੇ ਇੱਕ ਜੁਆਰੀ 'ਤੇ, ਇੱਕ ਸਰਫੇ 'ਤੇ। ਅਤੇ ਸਰਫੇ ਅਤੇ ਜੁਆਰੀ ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਮਨੁੱਖ ਦੇ ਦੁੱਖ ਦਾ ਕਾਰਨ ਨੇ। ਇੱਕੋ ਹੀ ਸੁੱਖ ਹੈ, ਉਹਦੇ 'ਚ ਸਰਫੇ ਵੀ ਖਤਮ ਹੋ ਜਾਂਦਾ ਅਤੇ ਉਹਦੇ ਵਿੱਚ ਭੁੱਖ ਵੀ ਖਤਮ ਹੋ ਜਾਂਦੀ ਹੈ। ਗੁਰੂ ਨੇ ਆਖਿਆ, ਕਹਿਣ ਲੱਗੇ ਉਹ ਕੀ ਹੈ? ਪਰਨਵਤ ਨਾਨਕ ਦਾ ਅਰਥ ਹੈ ਨਾਨਕ ਆਖਦਾ ਹੈ, ਨਾਨਕ ਆਖਦਾ ਹੈ। ਕੀ ਨਾਨਕ ਗਲਤ ਆਖਦਾ? ਜੇ ਸਹੀ ਆਖਦਾ ਸਾਨੂੰ ਭਰੋਸਾ ਹੋਵੇ, ਕਿਉਂਕਿ ਗੱਲ ਇੱਥੇ ਵੀ ਭਰੋਸੇ ਦੀ ਹੈ। ਜੇ ਸਾਨੂੰ ਭਰੋਸਾ ਹੋਵੇ ਗੁਰੂ ਨਾਨਕ ਸਹੀ ਆਖਦਾ, ਤੇ ਗੁਰੂ ਨਾਨਕ ਇੱਕ ਲਫ਼ਜ਼ ਬੜੇ ਖਿਲਾਰ ਕੇ ਸਮਝਾਉਣਾ ਚਾਹੁੰਦਾ। ਲਓ, ਗੁਰਬਾਣੀ ਦਾ ਇੱਕ ਸ਼ਬਦ ਹੈ, ਉਹਦੀਆਂ ਦੋ ਲਾਈਨਾਂ ਬੜੀ ਚੰਗੀ ਤਰ੍ਹਾਂ ਸਮਝਣ ਵਾਲੀਆਂ ਨੇ। ਸਤਿਗੁਰੂ ਕਹਿੰਦੇ ਨੇ, ਜਦੋਂ ਅਸੀਂ ਗੁਰਦੁਆਰੇ ਵੀ ਆਉਂਦੇ ਹਾਂ, ਸਤਸੰਗ ਜਿਹਨੂੰ ਅਸੀਂ ਧਰਮ ਦਾ ਕੇਂਦਰ ਆਖਣੇ ਆ, ਉਹਦੇ 'ਚ ਚਾਰ ਚੀਜ਼ਾਂ ਨੇ। ਪੈਰਾਂ ਨਾਲ ਚੱਲ ਕੇ ਆਉਂਦੇ ਹਾਂ, ਹੱਥਾਂ ਨਾਲ ਸੇਵਾ ਕਰਨੇ ਆ, ਅੱਖਾਂ ਨਾਲ ਦਰਸ਼ਨ ਕਰਨੇ ਆ, ਕੰਨਾਂ ਨਾਲ ਬਾਣੀ ਸੁਣਨੇ ਆ। ਹਰ ਇੱਕ ਅੰਗ ਜਿਹੜਾ ਹੈ ਉਹ ਆਪਣੀ ਆਪਣੀ ਥਾਵੇਂ ਕੰਮ ਕਰ ਰਿਹਾ। ਅੱਖਾਂ ਦੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਅਤੇ ਜ਼ਬਾਨ ਬੋਲ ਰਹੀ ਹੈ, ਕੋਈ ਸੁਣ ਰਿਹਾ। ਪੈਰਾਂ ਨਾਲ ਚੱਲ ਕੇ ਆਇਆ, ਬੇਸ਼ੱਕ ਕਾਰਾਂ 'ਤੇ ਆ ਗਏ ਪਰ ਇੱਥੋਂ ਤਾਂ ਚੱਲ ਕੇ ਆਉਣਾ ਹੀ ਪਿਆ ਨਾ। ਪੈਰ ਜੇ ਨਾ ਹੋਣ ਤਾਂ ਇੱਥੋਂ ਚੱਲ ਕੇ ਆਉਣਾ ਵੀ ਬੜਾ ਔਖਾ ਹੈ। ਹੱਥਾਂ ਨਾਲ ਸੇਵਾ ਕਰਨੀ, ਹੁਣ ਇਹ ਭਲਾ ਪੰਜੋ ਚੀਜ਼ਾਂ ਨਾ ਹੋਣ ਤਾਂ ਕਿੱਡਾ ਮੁਸ਼ਕਲ ਹੈ, ਹੈਂ? ਇਹ ਬੜੀਆਂ ਲੋੜ ਦੀਆਂ ਨੇ। ਸਾਡੀ ਨਿਗਾਹ ਵਿੱਚ ਧਰਮ ਖੇਤਰ ਵਿੱਚ ਵੀ ਕੁਛ ਕਰਨ ਲਈ ਇਹਨਾਂ ਪੰਜਾਂ ਚੀਜ਼ਾਂ ਦੀ ਲੋੜ ਹੈ। ਪੈਰਾਂ ਨਾਲ ਹੀ ਚੱਲ ਕੇ ਜਾਣਾ। ਸਾਡੇ ਬਜ਼ੁਰਗ ਮਾਤਾ ਹੁੰਦੀ ਸੀ, ਅੱਜ ਕੱਲ੍ਹ ਤਾਂ ਨਹੀਂ, ਬਹੁਤ ਜਿਹੜੇ ਰਿਸ਼ਤੇਦਾਰੀ ਵਿੱਚ
ਉਹ ਗੁਰਦੁਆਰੇ ਵਿੱਚ ਜਦੋਂ ਜਾਂਦੀ ਸੀ ਪੈਰੋਂ ਨੰਗੀ ਜਾਂਦੀ ਸੀ ਅਤੇ ਮਹੀਨੇ ਵਿੱਚ ਇੱਕ ਵਾਰ ਹਰਿਮੰਦਰ ਸਾਹਿਬ ਵੀ ਜਾਂਦੀ ਸੀ ਦਰਬਾਰ ਸਾਹਿਬ ਅਤੇ ਉਹ ਘਰੋਂ ਹੀ ਲੁਧਿਆਣੇ ਤੋਂ ਹੀ ਪੈਰ ਪੈਰੋਂ ਨੰਗੀ ਚਲੀ ਜਾਂਦੀ ਸੀ ਪੈਰੋਂ ਕੋਲ ਕੰਮ ਲੈਣਾ ਜੁੱਤੀ ਕੋਲੋਂ ਨਹੀਂ ਲੈਣਾ ਤਾਂ ਮੇਰੇ ਕਹਿਣ ਦਾ ਵੀ ਇੱਕ ਐਗਜ਼ਾਮਪਲ ਹੈ ਲੋੜ ਹੈ ਇਹਨਾਂ ਪੰਜਾਂ ਚੀਜ਼ਾਂ ਦੀ ਲੋੜ ਹੈ ਧਰਮ ਖੇਤਰ ਵਿੱਚ ਵੀ ਲੋੜ ਹੈ ਜੇ ਅੱਖਾਂ ਨਾ ਹੋਣ ਦਰਸ਼ਨ ਕਿਵੇਂ ਕਰਾਂਗੇ ਜੇ ਪੈਰ ਨਾ ਹੋਣ ਚੱਲ ਕੇ ਕਿਵੇਂ ਆਵਾਂਗੇ ਹੱਥ ਨਾ ਹੋਣ ਸੇਵਾ ਕਿਵੇਂ ਕਰਾਂਗੇ ਧਰਮ ਦੇ ਖੇਤਰ ਦੀ ਗੱਲ ਕਰ ਰਹੇ ਹਾਂ ਦੁਨੀਆਂ ਅੰਦਰ ਵੀ ਭਾਵੇਂ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ ਕਿਸੇ ਬਿਜ਼ਨਸ ਵਿੱਚ ਵੀ ਵਪਾਰ 'ਚ ਵੀ ਕਿਰਤ ਵਿੱਚ ਵੀ ਸਾਨੂੰ ਇਹਨਾਂ ਪੰਜਾਂ ਚੀਜ਼ਾਂ ਦੀ ਲੋੜ ਪਰ ਚਲੋ ਉਹ ਛੱਡ ਦਿਓ ਧਰਮ ਖੇਤਰ ਵਿੱਚ ਹੀ ਲੈ ਲਓ ਲੋੜ ਹੈ ਪਰ ਕਿੱਡੀ ਅਜੀਬ ਗੱਲ ਹੈ ਇੱਥੇ ਸਾਨੂੰ ਸੋਚਣਾ ਪਏਗਾ ਗੁਰੂ ਕਹਿੰਦਾ ਇਹਦੀ ਕੋਈ ਲੋੜ ਨਹੀਂ ਗੁਰਬਾਣੀ ਮੈਂ ਹੈਰਾਨ ਹੋਇਆ ਜਦੋਂ ਉਸ ਮੇਰੇ ਸਾਹਮਣੇ ਇਹ ਸ਼ਬਦ ਆਇਆ ਕਹਿੰਦੇ ਇਹਦੀ ਕੋਈ ਲੋੜ ਨਹੀਂ ਅੱਖੀ ਬਾਜੋ ਵੇਖਣਾ ਬਿਨਾਂ ਅੱਖਾਂ ਤੋਂ ਵੇਖਣਾ ਸਿੱਖ ਇਹਦੀ ਕੋਈ ਲੋੜ ਨਹੀਂ ਗੁਰਬਾਣੀ ਦੇ ਕੈਸੀਆਂ ਕੈਸੀਆਂ ਡੀਪ ਫਿਲੋਸਫੀ ਦੀਆਂ ਗੱਲਾਂ ਨੇ ਕਹਿੰਦੇ ਨੇ ਅੱਖਾਂ ਦੀ ਕੋਈ ਲੋੜ ਨਹੀਂ ਕੰਨਾਂ ਦੀ ਵੀ ਕੋਈ ਲੋੜ ਨਹੀਂ ਫਿਰ ਕਹਿਣ ਲੱਗੇ ਜ਼ਬਾਨ ਦੀ ਵੀ ਕੋਈ ਲੋੜ ਨਹੀਂ ਅਤੇ ਫਿਰ ਮੈਂ ਵਾਹਿਗੁਰੂ ਵਾਹਿਗੁਰੂ ਕਿਉਂ ਆਖਾਂਗਾ ਕਿਵੇਂ ਆਖਾਂਗਾ ਗੁਰੂ ਕਹਿੰਦੇ ਨਾ ਆਖ ਆ ਜਿਹੜੇ ਅਸੀਂ ਦੋ ਦੋ ਘੰਟੇ ਜ਼ਬਾਨੋ ਜ਼ਬਾਨੋ ਵਾਹਿਗੁਰੂ 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 ਆਖ ਕੇ ਆਖਦੇ ਹਾਂ ਨਾ ਵੀ ਧਰਮ ਖੇਤਰ ਵਿੱਚ ਅਸੀਂ ਸਫਲ ਹੋ ਰਹੇ ਹਾਂ ਇਹ ਇਸੇ ਗੱਲ ਨੂੰ ਸਮਝਾਉਣ ਦਾ ਤਰੀਕਾ ਹੈ ਅੱਖੀਂ ਬਾਝੋਂ ਵੇਖਣਾ ਬਿਨ ਕੰਨਾ ਸੁਣਨਾ ਪੈਰਾਂ ਬਾਝੋਂ ਚੱਲਣਾ ਹੈ ਪੈਰਾਂ ਦੀ ਵੀ ਲੋੜ ਕੋਈ ਨਹੀਂ ਬਿਨ ਹੱਥਾਂ ਕਰਨਾ ਹੱਥਾਂ ਦੀ ਵੀ ਕੋਈ ਲੋੜ ਨਹੀਂ ਜੀਭੇ ਬਾਝੋਂ ਬੋਲਣਾ ਜੇ ਜ਼ਬਾਨ ਦੀ ਵੀ ਕੋਈ ਲੋੜ ਨਹੀਂ ਭਲਾ ਇਹ ਚੀਜ਼ਾਂ ਪੰਜੇ ਜਿਹੜੀਆਂ ਸਾਡੇ ਜੀਵਨ ਦੀਆਂ ਬਹੁਤ ਮਹੱਤਤਾ ਰੱਖਦੀਆਂ ਨੇ ਇਹ ਨਾ ਹੋਣ ਅਸੀਂ ਤਾਂ ਸਮਝਾਂਗੇ ਧਰਮ ਨਹੀਂ ਇਹਦਾ ਬਿਨਾਂ ਇਹਨਾਂ ਬਿਨਾਂ ਹੋ ਸਕਦਾ ਲੋ ਇੱਥੇ ਇੱਕ ਸ਼ਬਦ ਅੰਦਰ ਸਾਰੇ ਕਪਾਟ ਖੋਲ੍ਹ ਦਿੱਤੇ ਨੇ ਅਸੀਂ ਆਖਾਂਗੇ ਕੁਝ ਨਹੀਂ ਹੋ ਸਕਦਾ ਗੁਰੂ ਸਾਹਿਬ ਕਹਿੰਦੇ ਨੇ ਸਭ ਕੁਝ ਹੋ ਸਕਦਾ ਪੈਰਾਂ ਬਾਝੋਂ ਚੱਲਣਾ ਬਿਨਾਂ ਹੱਥਾਂ ਕਰਨਾ ਜੀਭੇ ਬਾਝੋਂ ਬੋਲਣਾ ਅੱਗੇ ਇੱਕ ਲਫ਼ਜ਼ ਜਿਹੜਾ ਹੈ ਨਾ ਉਹ ਬੜਾ ਡੀਪਲੀ ਸਮਝਣ ਵਾਲਾ ਹੈ ਉਹ ਹੈ ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਬੜੀ ਗਹਿਰਾਈ ਨਾਲ ਸੋਚੀ ਮਰਨਾ ਕੀ ਹੈ ਉਹਦੇ ਵਿੱਚ ਨਾ ਹੱਥ ਕੰਮ ਕਰਦੇ ਨੇ ਮਰਨ ਤੋਂ ਬਾਅਦ ਕੀ ਹੁੰਦਾ ਨਾ ਹੱਥ ਕੰਮ ਕਰਦੇ ਨੇ ਨਾ ਪੈਰ ਚੱਲ ਸਕਦੇ ਨੇ ਨਾ ਅੱਖਾਂ ਦੇਖ ਸਕਦੀਆਂ ਨੇ ਨਾ ਕੰਨ ਸੁਣ ਸਕਦੇ ਨੇ ਨਾ ਜੀਭਾ ਬੋਲ ਸਕਦੀ ਕੁਝ ਵੀ ਨਹੀਂ ਕਰ ਸਕਦੇ
ਉਦੋਂ ਕੋਈ ਕਫਨ ਭਾਵੇਂ ਖੱਦਰ ਦਾ ਪਾ ਦੇਵੇ ਅਤੇ ਭਾਵੇਂ ਰੇਸ਼ਮ ਦਾ ਦੁਸ਼ਾਲਾ ਪਾ ਦੇਵੇ, ਉਹ ਹੀ ਪ੍ਰਵਾਨ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਗੁਰੂ ਨੇ ਵੀ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਜੋ ਮ੍ਰਿਤਕ ਕੋ ਚੰਦਨ ਚੜਾਵੇ ਉਸ 'ਤੇ ਕਹੋ ਕੌਣ ਮੈਂ ਫਲ ਪਾਵੇ, ਜੋ ਮ੍ਰਿਤਕ ਕੋ ਬਿਸਟਾ ਮੈਂ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਇਹਨੂੰ ਹੀ ਹੁਣ ਦੂਜੇ ਲਫਜ਼ਾਂ 'ਚ ਲਈਏ ਕਿ ਜੇ ਸੁੱਖ ਦੇ ਤਾਂ ਤੁਝੇ ਐਰਾ ਦੀ ਦੁੱਖ ਵੀ ਤੁਝੇ ਦੇ ਆਈ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ ਦੁੱਖ ਵਿੱਚ ਸੁੱਖ ਮਨਾਈ। ਇੱਥੇ ਆਖਿਆ ਜਾ ਰਿਹਾ ਜੋ ਮ੍ਰਿਤਕ ਕੋ ਚੰਦਨ ਚੜਾਵੇ ਉਸ 'ਤੇ ਕਹੋ ਕਬੜੇ ਫਲ ਪਾਵੇ, ਜੋ ਮ੍ਰਿਤਕ ਕੋ ਬਿਸਟਾ ਮੈਂ ਰਲਾਈ ਤਾਂ ਮ੍ਰਿਤਕ ਕਿਆ ਕਿਆ ਘਟ ਜਾਈ। ਹੁਣ ਮਕਸਦ ਇਹ ਹੈ ਕਿ ਮਰਨ ਦੀ ਨਿਸ਼ਾਨੀ ਇਹ ਹੈ ਉਹ ਕਿਸੇ ਚੀਜ਼ ਦੇ ਮੁਹਤਾਜ ਨਹੀਂ ਹੁੰਦਾ, ਨਿਰਭਰ ਹੁੰਦਾ ਸੰਭਾਲਣ ਵਾਲਿਆਂ ਦੇ। ਉਹ ਭਾਵੇਂ ਉਹਦੇ ਮੂੰਹ 'ਚ ਘਿਓ ਪਾਈ ਜਾਣ, ਪਾਉਂਦੇ ਨੇ, ਮਰਨ ਤੋਂ ਬਾਅਦ ਉਹਦੇ ਮੂੰਹ 'ਚ ਘਿਓ ਪਾਉਣਗੇ ਸਿਖਾ 'ਤੇ ਰੱਖ ਕੇ, ਅਤੇ ਭਾਵੇਂ ਨਾ ਪਾਉਣ। ਬੜੀ ਗਹਿਰਾਈ ਨਾਲ ਸਮਝਣਾ ਸ਼ਬਦ ਦੀਆਂ ਇਹ ਦੋ ਲਾਈਨਾਂ ਮੇਰੇ ਸਾਹਮਣੇ ਜਦੋਂ ਆਈਆਂ, ਭਾਵੇਂ ਕੁਝ ਪਾਉਣ ਭਾਵੇਂ ਨਾ ਪਾਉਣ, ਭਾਵੇਂ ਖੱਦਰ ਦਾ ਕਫਨ ਪਾ ਦੇਣ ਭਾਵੇਂ ਦੁਸ਼ਾਲਾ ਪਾ ਦੇਣ ਰੇਸ਼ਮ ਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹ ਉਹਨਾਂ 'ਤੇ ਨਿਰਭਰ ਹੈ ਜਿਹੜਾ ਸੰਭਾਲਦੇ ਨੇ। ਅਤੇ ਗੁਰੂ ਨੇ ਵੀ ਆਖਿਆ ਮੈਂ ਚਾਹੁੰਦਾ ਤੂੰ ਅੱਖਾਂ ਦੇ ਮੁਹਤਾਜ ਨਾ ਹੋਵੇਂ, ਤੂੰ ਕੰਨਾਂ ਦੇ ਮੁਹਤਾਜ ਨਾ ਹੋਵੇਂ, ਤੂੰ ਜ਼ਬਾਨ ਦੇ ਮੁਹਤਾਜ ਨਾ ਹੋਵੇਂ ਕਿ ਮੈਂ ਵਾਹਿਗੁਰੂ ਵਾਹਿਗੁਰੂ ਆਖਾਂਗਾ ਤਾਂ ਹੀ ਰੱਬ ਪ੍ਰਸੰਨ ਹੋਏਗਾ। ਕਹਿਣ ਲੱਗੇ ਤੂੰ ਲੱਤਾਂ ਦੇ ਪੈਰਾਂ ਦੇ ਮੁਹਤਾਜ ਨਾ ਹੋਵੇਂ, ਹੱਥਾਂ ਦੇ ਮੁਹਤਾਜ ਨਾ ਹੋਵੇਂ, ਤੂੰ ਤਾਂ ਜਿਉਂਦਾ ਮਰ ਜਾਏ। ਜੀਵੇ ਬਾਜੋ ਬੋਲਣਾ ਇਉਂ ਜੀਵਤ ਮਰਨਾ, ਮਰ ਜਾਏ। ਅਤੇ ਮਰ ਜਾਣ ਦਾ ਮਤਲਬ ਹੈ ਆਪਣੀ ਇੱਛਾ ਆਪਣੀ ਸੋਚ ਆਪਣੀ ਲੋੜ ਸਭ ਖਤਮ ਕਰ ਦੇਵੇਂ। ਇੱਕ ਮਾਲਕ ਜਿਹਨੇ ਤੈਨੂੰ ਪੈਦਾ ਕੀਤਾ ਹੈ ਉਹ ਜਾਣੇ, ਭਾਵੇਂ ਤੈਨੂੰ ਦੁਸ਼ਾਲੇ 'ਚ ਰੱਖੇ ਅਤੇ ਭਾਵੇਂ ਤੈਨੂੰ ਖੱਦਰ 'ਚ ਰੱਖੇ। ਇਹਦਾ ਨਾਂ ਹੈ ਹੁਕਮ ਮੰਨਣਾ। ਇਸੇ ਲਈ ਆਖਰੀ ਲਾਈਨ ਅੰਦਰ, ਇਸੇ ਸ਼ਬਦ ਦੀ ਆਖਰੀ ਲਾਈਨ ਅੰਦਰ ਇੱਕ ਫੈਸਲਾ ਕਰ ਦਿੱਤਾ। ਕਹਿਣ ਲੱਗੇ ਜੀ ਬੇ ਬਾਜੋ ਬੋਲਣਾ, ਜੀ ਬੇ ਬਾਜੋ ਬੋਲਣਾ, ਕਿਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਉਹ ਭਲਿਆ ਤੂੰ ਪੈਰਾਂ ਨਾਲ ਚੱਲ ਕੇ ਰੱਬ ਤੱਕ ਨਹੀਂ ਜਾ ਸਕੇਗਾ, ਹੱਥਾਂ ਨਾਲ ਸੇਵਾ ਕਰਕੇ ਰੱਬ ਨੂੰ ਪ੍ਰਸੰਨ ਨਹੀਂ ਕਰ ਸਕਦਾ। ਕਿਆ ਸੇਵਕ ਮਾਵੋਂ ਕਿਆ ਕਹਿ ਰਿਜਾਹੋਂ, ਵਿਧ ਕਿਤ ਪਾਵੋਂ ਦਰਸਾ ਰਹੇ। ਤੂੰ ਆਪਣੀ ਜ਼ਬਾਨੋਂ ਜ਼ਬਾਨ ਨਾਲੋਂ ਸਿਰਫ ਆਖ ਰਾਮ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਆਖ ਕੇ ਰੱਬ ਨੂੰ ਪ੍ਰਸੰਨ ਨਹੀਂ ਕਰ ਸਕੇਗਾ। ਜੇ ਤੂੰ ਉਹਦੇ 'ਤੇ ਵਿਸ਼ਵਾਸ ਉਹਦੇ ਹੁਕਮ 'ਤੇ ਭਰੋਸਾ ਕਰ ਲੈ ਕਿ ਜਿਸ ਤਰ੍ਹਾਂ ਮੈਨੂੰ ਉਹ ਰੱਖੇ ਮੈਂ ਉਸ ਤਰ੍ਹਾਂ ਰਹਾਂਗਾ, ਮੈਂ ਤਾਂ ਮਰ ਗਿਆ, ਮੇਰੀ ਆਪਣੀ ਸੋਚ ਖਤਮ ਹੋ ਗਈ, ਜਿਵੇਂ ਮੁਰਦੇ ਦੀ ਹੋ ਜਾਂਦੀ ਹੈ। ਜੇ ਤੂੰ ਆਪਣੀ ਸੋਚ ਖਤਮ ਕਰਕੇ ਆਪਣੇ ਮਾਲਕ 'ਤੇ ਨਿਰਭਰ ਕਰ ਲਵੇਂ ਤਾਂ ਰੱਬ ਦੀ ਪ੍ਰਾਪਤੀ ਇਸ ਵਿੱਚ ਹੈ। ਇਹਦਾ ਨਾਂ ਹੈ ਹੁਕਮ ਮੰਨ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ।
ਰੱਬ ਦੇ ਮਿਲਾਪ ਦੀ ਨਿਸ਼ਾਨੀ ਕੇਵਲ ਉਹਦਾ ਹੁਕਮ ਮੰਨਣਾ ਹੈ, ਅਤੇ ਜਿਹੜਾ ਹੁਕਮ ਵਿੱਚ ਆ ਜਾਂਦਾ ਉਹ ਸੁਖੀ ਆ। ਉਹਨੂੰ ਪਤਾ ਹੀ ਨਹੀਂ ਕਿ ਮੈਂ ਕੀ ਕਮਾਉਣਾ ਅਤੇ ਕੀ ਖਾਣਾ, ਮੇਰਾ ਮਾਲਕ ਜਾਣੇ। ਮੈਂ ਇੱਕ ਵਾਰ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਬੱਚਾ ਜਿੰਨੀ ਦੇਰ ਬੱਚਾ ਹੈ ਉਨੀ ਦੇਰ ਉਹਨੂੰ ਫਿਕਰ ਨਹੀਂ ਮੈਂ ਕੀ ਉਹਦੀਆਂ ਲੋੜਾਂ ਨਹੀਂ, ਲੋੜਾਂ ਜ਼ਿਆਦਾ ਨੇ, ਬਲਕਿ ਆਪਣੀਆਂ ਲੋੜਾਂ ਲਈ ਉਹ ਜ਼ਿੱਦ ਕਰ ਲੈਂਦਾ ਕਿ ਮੈਂ ਆਹ ਖਿਡੌਣਾ ਲੈਣਾ ਹੀ ਲੈਣਾ, ਮੈਂ ਆਹ ਕੱਪੜੇ ਲੈਣੇ ਹੀ ਲੈਣੇ ਨੇ। ਕਿਉਂ ਉਹ ਕਦੀ ਸੋਚਦਾ ਕਿ ਇਹ ਕਿੱਥੋਂ ਲੈ ਕੇ ਬਾਪੂ ਦੇਵੇਗਾ, ਉਹ ਬਾਪੂ ਜਾਣੇ, ਮੈਨੂੰ ਕੀ ਲੋੜਾਂ ਆਉਂਦੀਆਂ ਵੀ ਨੇ, ਪਰ ਉਹਦੀਆਂ ਲੋੜਾਂ ਕਿਸੇ ਭਰੋਸੇ 'ਤੇ ਨੇ ਕਿ ਜਿੰਦਾ ਮੈਂ ਪੁੱਤਰ ਹਾਂ, ਜਿੰਦੀ ਮੈਂ ਸੰਤਾਨ ਹਾਂ, ਉਹ ਆਪੇ ਜਿੱਥੋਂ ਮਰਜ਼ੀ ਪੈਦਾ ਕਰੇ ਉਹ ਲੈ ਕੇ ਦੇਵੇਗਾ। ਅਤੇ ਜਿਸ ਦਿਨ ਤੂੰ ਆਪਣੇ ਰੱਬ 'ਤੇ ਵਿਸ਼ਵਾਸ, ਉਹਦੇ ਹੁਕਮ 'ਤੇ ਵਿਸ਼ਵਾਸ ਭਰੋਸਾ ਕਰ ਲਏਗਾ, ਉਹਦੇ ਤਾਂ ਖਜ਼ਾਨੇ ਇੰਨੇ ਵੱਡੇ ਨੇ, ਤੈਨੂੰ ਕੋਈ ਥੋੜ੍ਹਾ ਆਉਣ ਹੀ ਨਹੀਂ ਦੇਣੀ। ਦੁਨੀਆਂ ਦੇ ਪਿਤਾ ਦੇ ਖਜ਼ਾਨੇ ਤਾਂ ਫਿਰ ਸੀਮਤ ਨੇ, ਉਸ ਮਾਲਕ ਦੇ ਖਜ਼ਾਨੇ ਵੱਡੇ ਨੇ। ਸਿਰਫ ਤੂੰ ਆਪਣੀਆਂ ਇਹਨਾਂ ਲੋੜਾਂ ਦਾ ਨਿਰਭਰ ਕਰ, ਅਤੇ ਉਹ ਹੈ ਹੁਕਮ ਪਛਾਣ ਕੇ। ਇਸ ਲਈ ਕਹਿ ਦਿੱਤਾ ਪਰਨਵਤ ਨਾਨਕ। ਨਾਨਕ ਕਹਿੰਦਾ, ਪਰਨਵਤ ਨਾਨਕ ਦਾ ਅਰਥ ਹੈ ਨਾਨਕ ਕਹਿੰਦਾ, ਪਰਨਵਤ ਨਾਨਕ ਹੁਕਮ ਪਛਾਣੇ, ਪਰਨਵਤ ਨਾਨਕ ਹੁਕਮ ਪਛਾਣੇ, ਸੁਖ ਹੋਵੇ ਸੁਖ ਹੋਵੇ ਦਿਨ ਰਾਤੀ। ਤੇ ਜਿੰਨੀ ਦੇਰ ਤੂੰ ਹੁਕਮ ਨਹੀਂ ਪਛਾਣਦਾ, ਉਨੀ ਦੇਰ ਭਾਵੇਂ ਜਵਾਨੀ ਹੋਵੇ ਅਤੇ ਭਾਵੇਂ ਬੁਢੇਪਾ ਹੋਵੇ, ਤ੍ਰਿਸ਼ਨਾ ਇੱਕ ਵੱਡੇ ਦੁੱਖ ਵਾਂਗ ਤੈਨੂੰ ਲੱਗੀ ਹੋਈ ਹੈ, ਜਿਹਦੇ ਵਿੱਚ ਤੂੰ ਦਿਨ ਰਾਤ ਹਾਏ ਹਾਏ ਕਰ ਰਿਹਾ ਹੈ। ਗੁਰੂ ਕਹਿੰਦੇ ਨੇ ਕਿਆ ਗੱਭਰੂ ਕਿਆ ਬਿਰਧ ਹੈ, ਜਿਸ ਦਿਨ ਤੂੰ ਹੁਕਮ ਵਿੱਚ ਰਹਿਣਾ ਸਿੱਖ ਲਏਗਾ, ਬਸ ਉਸ ਤੋਂ ਵੱਡੀ ਹੋਰ ਕੋਈ ਭਗਤੀ ਨਹੀਂ। ਭਾਵੇਂ
ਪੈਰੋਂ ਚੱਲ ਕੇ ਜਾਣਾ ਛੱਡ ਦੇਵੇਂ, ਜਿੱਥੇ ਬੈਠਾ ਹੈ ਉੱਥੇ ਹੀ ਹੁਕਮ ਵਿੱਚ ਰਹੇ, ਭਾਵੇਂ ਤੂੰ ਸੁਣਨਾ ਵੀ ਤੇਰੇ ਵੱਸ ਨਾ ਰਹੇ, ਕਹਿਣਾ ਵੀ ਤੇਰੇ ਵੱਸ ਨਾ ਰਹੇ, ਪਰ ਇੱਕ ਖਿਆਲ ਕਰੀ ਉਸ ਬੁਢੇਪੇ ਵਿੱਚ ਵੀ, ਜੇ ਤੂੰ ਇੱਕ ਗੱਲ ਲਈ ਸੰਤੁਸ਼ਟ ਹੈ ਨਾ, ਉਹ ਇਹ ਕਿ ਜਿਵੇਂ ਮੇਰੇ ਮਾਲਕ ਨੇ ਮੈਨੂੰ ਰੱਖਣਾ ਹੈ ਮੈਂ ਰਹਾਂਗਾ, ਜਿਵ ਤੁਮ ਰੱਖੋ ਤਿਵ ਹੀ ਰਹਿਣਾ, ਜੋ ਤੁਮ ਕਹੋ ਸੋਈ ਮੈਂ ਕਰਨਾ। ਕਹਿਣ ਲੱਗੇ ਇਸ ਹੁਕਮ ਵਿੱਚ ਰਹਿਣ ਦੀ ਆਦਤ ਬਣਾ, ਫਿਰ ਦਿਨ ਰਾਤ ਸੁਖੀ ਰਹੇਗਾ, ਕਦੀ ਚਿੰਤਾ ਧੋਖਾ ਫਿਕਰ ਤ੍ਰਿਸ਼ਨਾ ਰਹੇਗੀ ਨਹੀਂ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।